ਸਾਡਾ ਸਾਰੀਕਾ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰਾਂ ਖਬਰ ਪੜਤਾਲ ਪੰਜਾਬ ਦੇ ਖਾਸ ਖਾਸ ਮਸਲੇ ਨੇ ਕੇਂਦਰ ਦੇ ਖਾਸ ਮਸਲੇ ਨੇ ਜਿਨ੍ਹਾਂ ਦੇ ਉੱਤੇ ਸਵਾਲਾਂ ਤੇ ਉੱਤੇ ਚਰਚਾ ਕਰਾਂਗੇ ਤੇ ਚਰਚਾ ਤੇ ਲਈ ਸਾਡੇ ਨਾਲ ਸਟੂਡੀਓ ਚ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਪਹਿਲਾ ਸਵਾਗਤ ਕਰਦੇ ਹਾਂ ਤੇ ਫਿਰ ਅਹਿਮ ਸਵਾਲਾਂ ਦੇ ਜਵਾਬ ਲੈਣੇ ਆ ਬਹੁਤ ਧੰਨਵਾਦ ਜੀ ਸਾਰਿਆਂ ਦਾ ਗਗਨ ਜੀ ਤੁਹਾਡਾ ਦਲਜੀ ਕੇਂਦਰ ਦੇ ਵੱਲ ਚਲੀਏ ਤਾਂ ਕਹਿੰਦੇ ਕੇਂਦਰ ਦੇ ਵਿੱਚੋਂ ਕਾਂਗਰਸ ਦੀ ਹਾਈ ਕਮਾਂਡ ਦੇ ਵਿੱਚ ਖਲਬਲੀ ਮੱਚੀ ਹੋਈ ਹੈ ਤੇ ਪੰਜਾਬ ਦੇ ਵਿੱਚ ਵੀ ਕਾਂਗਰਸ ਦਾ ਕੋਈ ਬਹੁਤਾ ਵਧੀਆ ਜਿਹੜਾ ਮੌਸਮ ਨਹੀਂ ਚੱਲ ਰਿਹਾ ਕਿਸ ਤਰ੍ਹਾਂ ਵੇਖ ਰਹੇ ਹੋ ਤੁਸੀਂ ਇਹਨੂੰ ਦੇਖੋ ਕੇਂਦਰ ਦੀ ਕਾਂਗਰਸ ਚ ਬਿਹਾਰ ਚੋਣਾਂ ਤੋਂ ਹਾਰ ਤੋਂ ਬਾਅਦ ਕਈ ਵੱਡੇ ਵੱਡੇ ਸਵਾਲ ਨੇ ਜਿਹੜੇ ਉਹ ਕਾਂਗਰਸ ਤੇ ਖੜੇ ਹੋ ਰਹੇ ਨੇ ਜੀ ਜਿਹੜੇ ਰਾਸ਼ਟਰੀ ਜਨਤਾ 당ਲ ਦੇ ਇੱਕ ਲੀਡਰ ਨੇ ਉਹਨਾਂ ਨੇ ਤਾਂ ਸਿੱਧੇ ਸਿੱਧੇ ਹੀ ਰਾਹੁਲ ਗਾਂਧੀ ਤੇ ਇਲਜ਼ਾਮ ਲਾਤਾ ਕਿ ਸਿਰਫ ਤਿੰਨ ਰੈਲੀਆਂ ਰਾਹੁਲ ਗਾਂਧੀ ਕਰਨ ਗਏ ਨੇ ਪ੍ਰਿੰਕਾ ਗਾਂਧੀ ਪ੍ਰਚਾਰ ਕਰਨੇ ਨਹੀਂ ਗਏ ਬਿਹਾਰ ਚ ਸੋ ਇਸ ਤਰ੍ਹਾਂ ਕਾਂਗਰਸ ਕਿਵੇਂ ਅੱਗੇ ਚੱਲੂਗੀ ਇੱਕ ਤਰੀਕੇ ਨਾਲ ਆਰਜीडी ਤੇ ਕਾਂਗਰਸ ਦੇ ਗੱਠ ਜੋੜ ਤੇ ਉੱਥੇ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਨੇ ਦੂਜੇ ਪਾਸੇ ਪੰਜਾਬ 'ਚ ਵੀ ਇਹ ਅਸਰ ਦੇਖਿਆ ਜਾ ਰਿਹਾ ਹੈ ਪਿੱਛੇ ਜੇ ਗੱਲਾਂ ਤੁਰੀਆਂ ਸੀ ਵੀ 30 ਨਵੰਬਰ ਤੋਂ ਪਹਿਲਾਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪੁਨਰਗਠਨ ਕਰ ਦਿੱਤਾ ਜਾਊਗਾ ਹਰੀਸ਼ रावत ਨੇ ਵੀ ਬਿਆਨ ਦਿੱਤੇ ਸੀ ਕਿ ਪੰਜਾਬ 'ਚ ਅਸੀਂ ਕਾਂਗਰਸ ਨੂੰ ਨਵੇਂ ਸਿਰੇ ਤੋਂ ਫੇਰ ਬਦਲ ਕਰਕੇ ਖੜੀ ਕਰਾਂਗੇ ਪੀਪੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਗਠਨ ਕਰਾਂਗੇ ਪੀਪੀਸੀਸੀ ਦਾ ਹੁਣ ਉਹ ਕਹਿੰਦੇ ਹਾਲ ਦੀ ਘੜੀ ਅਸੀਂ ਕਿਸੇ ਤਰ੍ਹਾਂ ਦਾ ਫੇਰ ਬਦਲ ਨਹੀਂ ਕਰਨਾ ਪੰਜਾਬ 'ਚ ਮੰਤਰੀਆਂ ਦੇ ਫੇਰ ਬਦਲਣ ਦੀ ਸੰਭਾਵਨਾ ਸੀ ਉਹ ਰੋਕ ਦਿੱਤੀ ਗਈ ਹੈ ਨਵਜੋਤ ਸਿੰਘ ਸਿੱਧੂ ਨੂੰ ਕਿਤੇ ਨਾ ਕਿਤੇ ਵੱਡੀ ਸਿਆਸੀ ਜ਼ਿੰਮੇਵਾਰੀ ਦੀ ਸੰਭਾਵਨਾ ਸੀ ਉਹ ਵੀ ਆਪਣੇ ਆਪ ਰੁਕ ਗਈ ਹੈ ਔਰ ਵੱਡੇ ਵੱਡੇ ਕਾਂਗਰਸ ਦੇ ਲੀਡਰਾਂ ਨੇ ਕੇਂਦਰੀ ਕਾਂਗਰਸ ਹਾਈ ਕਮਾਂਡ ਤੇ ਸਵਾਲ ਚੱਕੇ ਨੇ ਅ ਸਿੱਧੇ ਤੌਰ ਤੇ ਰਾਹੁਲ ਗਾਂਧੀ ਦੀ ਸੋਨੀਆ ਗਾਂਧੀ ਦੀ ਜਾਂ ਗਾਂਧੀ ਪਰਿਵਾਰ ਦੀ ਅਗਵਾਈ ਤੇ ਸਵਾਲ ਚੱਕੇ ਗਏ ਨੇ ਕਪਿਲ ਸੱਬਲ ਨੇ ਬਹੁਤ ਵੱਡੇ ਵਕੀਲ ਨੇ ਸਾਬਕਾ ਕੇਂਦਰੀ ਮੰਤਰੀ ਨੇ ਉਹਨਾਂ ਨੇ ਤਾਂ ਸਪਸ਼ਟ ਟਵੀਟ ਕੀਤਾ ਕਿ ਕਾਂਗਰਸ ਨੂੰ ਬਹੁਤ ਵੱਡਾ ਆਤਮ ਨਿਰੇਖਣ ਕਰਨਾ ਚਾਹੀਦਾ ਹੈ ਔਰ ਦੇਖਿਆ ਜਾਵੇ ਤਾਂ ਇਸ ਵਕਤ ਕਾਂਗਰਸ ਦੀ ਸਥਿਤੀ ਹਾਸੋਹੀਣੀ ਬਣੀ ਹੋਈ ਹੈ ਜੀ ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਬਿਹਾਰ ਚ ਜੇ ਭਾਜਪੀ ਦੀ ਸਰਕਾਰ ਬਣੀ ਹੈ ਬਿਹਾਰ ਚ ਮੈਨੂੰ ਤਾਂ ਇਹ ਲੱਗਦਾ ਕਿ ਕਿਤਨਾ ਕਿਤੇ ਉਹਦੇ ਲਈ ਕਾਂਗਰਸ ਹੀ ਜ਼ਿੰਮੇਦਾਰ ਹੈ 70 ਸੀਟਾਂ ਤੇ ਕਾਂਗਰਸ ਚੋਣਾਂ ਲੜੀ ਔਰ 19 ਸੀਟਾਂ ਜਿੱਤ ਸਕੀ ਜੀ ਇਸ ਤੋਂ ਪਿਛਲੀ ਵਾਰ ਕਾਂਗਰਸ ਲਗਭਗ 41 ਸੀਟਾਂ ਤੇ ਚੋਣਾਂ ਲੜੀ ਸੀ ਤੇ ਉਦੋਂ ਜ਼ਰੂਰ ਕਾਂਗਰਸ 26 27 ਸੀਟਾਂ ਜਿੱਤ ਗਈ ਸੀ ਇਸ ਵਾਰ 70 ਸੀਟਾਂ ਤੇ ਬਿਹਾਰ ਚ ਕਾਂਗਰਸ ਚੋਣ ਲੜੀ 17 ਚੋਂ 21 ਸੀਟਾਂ ਕਾਂਗਰਸ ਜਿੱਤੀ ਐ ਸੋ ਜਿਹੜੀ ਸਕਸੈਸ ਰੇਟ ਐ ਕਾਂਗਰਸ ਦੀ ਉਹ ਦੇਖੋ ਕਿੰਨੀ ਹੀਠਾਂ ਆ ਗਈ 50 ਤੋਂ ਵੀ ਹੀਠਾਂ ਆ ਗਈ ਜੀ 17 ਚੋਂ ਅਗਰ 35 ਜਿੱਤੇ ਹੁੰਦੇ ਤੇ 50% ਸਕਸੈਸ ਹੋ ਜਾਣੀ ਸੀ ਭਾਵ ਕਿ ਬਹੁਤ ਇਤਿਹਾਸਿਕ ਗਰਾਵਟ ਵਾਲੇ ਪਾਸੇ ਕਾਂਗਰਸ ਆਈ ਐ ਔਰ ਇਹਦਾ ਅਸਰ ਪੰਜਾਬ 'ਚ ਵੀ ਹੋ ਰਿਹਾ ਦੇਖੋ ਭਾਜਪਾ ਪੰਜਾਬ 'ਚ ਇਸ ਗੱਲ ਤੋਂ ਉਤਸ਼ਾਹਿਤ ਐ ਕਿ ਜਿੰਨੀ ਵੋਟ ਕਾਂਗਰਸ ਨੂੰ ਪੈਂਦੀ ਸੀ ਸ਼ਾਇਦ ਅਸੀਂ ਲੈ ਜਾਾਂਗੇ ਜੀ ਨੱਡੇ ਹੁਣਾਂ ਦਾ ਦੇਖੋ ਪ੍ਰੋਗਰਾਮ ਆ ਗਿਆ ਜਿਹੜੇ जेपी ਨੱਡਾ ਨੇ ਬੀਜੇਪੀ ਦੇ ਉਹ ਪੰਜਾਬ ਚਾਰੇ ਨੇ 11 ਜ਼ਿਲ੍ਹਿਆਂ ਚ ਦਫ਼ਤਰ ਖੋਲ ਰਏ ਨੇ ਉਸ ਤੋਂ ਬਾਅਦ ਉਹ ਪੰਜਾਬ ਚ 117 ਸੀਟਾਂ ਤੇ ਲੜਨ ਦੀ ਯੋਜਨਾ ਬਣਾ ਰਹੇ ਨੇ ਕਿਤਨਾ ਕਿਤੇ ਕੇਂਦਰੀ ਬੀਜੇਪੀ ਨੂੰ ਇਹ ਲੱਗਦਾ ਹੈ ਕਿ ਵੋਟ ਸ਼ਿਫਟ ਹੋਇਆ ਜਿਹੜਾ ਵੋਟ ਕਾਂਗਰਸ ਨੂੰ ਜਾਂਦਾ ਸੀ ਦੂਸਰੇ ਮੁਲਕ ਚ ਉਹ ਕਾਂਗਰਸ ਨੂੰ ਛੱਡ ਕੇ ਹੁਣ ਬੀਜੇਪੀ ਵੱਲ ਸ਼ਿਫਟ ਹੋ ਗਿਆ ਔਰ ਇਸੇ ਤਰ੍ਹਾਂ ਬੀਜੇਪੀ ਕੇਂਦਰ ਵਾਲੀ ਪੰਜਾਬ ਚ ਵੀ ਇਹ ਸੋਚ ਰਹੀ ਹੈ ਭਾਵੇਂ ਪੰਜਾਬ ਚ ਸਾਰੇ ਲੋਕਾਂ ਨੂੰ ਇਹ ਲੱਗਦਾ ਹੈ ਕਾਂਗਰਸ ਵਾਲਿਆਂ ਨੂੰ ਵੀ ਸਾਡੀ ਅਸੀਂ ਤਾਂ ਹੋਰ ਮਜ਼ਬੂਤ ਹੋ ਗਏ ਕੇਂਦਰੀ ਕਾਨੂੰਨਾਂ ਤੋਂ ਬਾਅਦ ਪਰ ਇਹ ਵੀ ਹੋ ਸਕਦਾ ਹੈ ਕਿ ਹੁਣ ਮਹੀਨੇ 2 ਮਹੀਨੇ 3 ਮਹੀਨੇ 4 ਮਹੀਨੇ ਆਖਰਕਾਰ ਕੇਂਦਰੀ ਕਾਨੂੰਨਾਂ ਦਾ ਨਰਿੰਦਰ ਮੋਦੀ ਨੂੰ ਹਲ ਕਢਣਾ ਪਊਗਾ ਔਰ ਕਢਣਾ ਹੀ ਪੈਣਾ ਹੈ ਪੰਜਾਬ ਵੀ ਕਿਸਾਨ ਵੀ ਅੰਦੋਲਨ ਕਰ ਰਹੇ ਨੇ ਖੇਤੀ ਮਸਲਾ ਨਿਬੜੂਗਾ ਖੇਤੀ ਕਾਨੂੰਨਾਂ ਦਾ ਭਾਜਪਾ ਨੂੰ ਇਹ ਲੱਗਦਾ ਹੈ ਕਿ ਕਾਂਗਰਸ ਕਿਉਂਕਿ ਕਾਂਗਰਸ ਚ ਅਗਵਾਈ ਕਰਨ ਦੀ ਤਾਕਤ ਨਹੀਂ ਦਿਖ ਰਹੀ ਇਸ ਕਰਕੇ ਕਾਂਗਰਸ ਦਾ ਵੋਟ ਬੈਂਕ ਪੰਜਾਬ ਚ ਵੀ ਭਾਜਪਾ ਨੂੰ ਸ਼ਿਫਟ ਹੋ ਇਹ ਕਾਂਗਰਸ ਨੂੰ ਭਾਜਪਾ ਨੂੰ ਲੱਗਦਾ ਹੈ ਪਿੰਡਾਂ ਦਾ ਨਹੀਂ ਹੋੂ ਸ਼ਹਿਰਾਂ ਦਾ ਹੋਜੂ ਅਗਰ ਕਾਂਗਰਸ ਦਾ ਵੋਟ ਬੈਂਕ ਸ਼ਹਿਰਾਂ 'ਚ ਵੀ ਬੀਜੇਪੀ ਨੂੰ ਸ਼ਿਫਟ ਹੁੰਦਾ ਤੇ ਬੀਜੇਪੀ ਬਹੁਤ ਵਧੀਆ ਪਰਫਾਰਮੈਂਸ ਸ਼ਹਿਰਾਂ 'ਚ ਕਰ ਸਕਦੀ ਹੈ ਸ਼ਰਤਾਂ ਨਾਲ ਮੇਰੀ ਕਿ ਕੇਂਦਰੀ ਕਾਨੂੰਨਾਂ ਦਾ ਬੀਜੇਪੀ ਹੱਲ ਕਰੇ ਦੇਖੋ ਅਗਰ ਤਾਂ ਜਿਹੜੇ ਆ ਕਿਸਾਨ ਕਾਨੂੰਨ ਹੈ ਅਗਰ ਤਾਂ ਇਹ ਬੀਜੇਪੀ ਕਿਸਾਨਾਂ ਦੀ ਮਰਜ਼ੀ ਮੁਤਾਬਕ ਫੈਸਲਾ ਨਹੀਂ ਕਰੂਗੀ ਫਿਰ ਤਾਂ ਮੈਂ ਇਹ ਮੰਨ ਕੇ ਚੱਲਦਾ ਕਿ ਬੀਜੇਪੀ ਦਾ ਖਾਤਾ ਖੁੱਲਣਾ ਔਖਾ ਪੰਜਾਬ ਦੇ ਪਿੰਡਾਂ 'ਚ ਸ਼ਹਿਰੀ ਸੀਟਾਂ ਨੇ ਉਹਦੇ ਤੋਂ ਕੋਈ ਟਾਮੀ ਟਾਮੀ ਸੀਟ ਬੀਜੇਪੀ ਜਿੱਤ ਜੂ ਹੁਣ ਵੀ ਤਾਂ ਦੋ ਹੀ ਜਿੱਤੇ ਨੇ ਕਿਉਂਕਿ ਹੁਣ ਤਾਂ ਅਕਾਲੀ ਦਲ ਵੀ ਬੀਜੇਪੀ ਦੇ ਨਾਲ ਨਹੀਂ ਪਰ ਜੇ ਕਿਸਾਨਾਂ ਨੂੰ ਖੁਸ਼ ਕਰ ਦਿੰਦੀ ਹੈ ਉਹਨਾਂ ਦੀ ਮਰਜ਼ੀ ਮੁਤਾਬਕ ਫੈਸਲੇ ਕਰ ਦਿੰਦੀ ਹੈ ਉਹਨਾਂ ਸਥਿਤੀਆਂ 'ਚ ਕਾਂਗਰਸ ਦਾ ਵੋਟ ਬੈਂਕ ਭਾਜਪਾ ਨੂੰ ਸ਼ਿਫਟ ਹੋ ਸਕਦਾ ਹੈ ਇਹਦੇ 'ਚ ਕੋਈ ਦੋ ਰਾਏ ਨਹੀਂ ਹੁਣ ਇਹ ਦੇਖਣਾ ਪਊਗਾ ਕਿ ਕੈਪਟਨ ਅਮਰਿੰਦਰ ਜਾਂ ਪੰਜਾਬ ਦੀ ਕਾਂਗਰਸ 'ਚ ਇਕਜੁੱਟਤਾ ਹੁੰਦੀ ਹੈ ਕਿ ਸਿੱਧੂ ਦੇ ਨਾਲ ਕੋਈ ਸਿਆਸੀ ਸਮਝੌਤਾ ਪ੍ਰਵਾਨ ਚੜਦਾ ਹੈ ਕਾਂਗਰਸ ਦਾ ਕਿਉਂਕਿ ਕਾਂਗਰਸ ਆਪ ਹੀ ਕਿਸੇ ਯੋਜਨਾ ਤੇ ਨਿਸ਼ਚਿਤ ਨਹੀਂ ਨਜ਼ਰ ਆ ਰਹੀ ਔਰ ਜਿਹੜੀ ਗੱਲ ਤੁਰੀ ਹੈ ਕਪਿਲ ਸਿੱਬਲ ਨੇ ਵੀ ਕਹੀ ਹੈ ਨਿਸ਼ਚਿਤ ਤੌਰ ਤੇ ਦੇਖੋ ਉਧਾਰ ਦੇ ਪੈਸੇ ਨਾਲ ਮਹਿਲ ਨਹੀਂ ਖੜੇ ਹੋ ਸਕਦੇ ਜੀ ਕਿਉਂਕਿ ਉਹ ਮਹਿਲ ਹਮੇਸ਼ਾ ਲਈ ਤੁਹਾਡਾ ਨਹੀਂ ਰਹਿਣਾ ਫਿਰ ਉਧਾਰੀਆਂ ਨੇ ਜਿਨ੍ਹਾਂ ਨੇ ਪੈਸਾ ਦਿੱਤਾ ਉਹਨਾਂ ਨੇ ਆਪ ਲੈ ਜਾਣਾ ਹੈ ਉਹ ਹੁਣ ਨਾ ਤਾਂ ਰਾਹੁਲ ਗਾਂਧੀ ਉਨੀ ਚੰਗੀ ਤਰ੍ਹਾਂ ਕੰਮ ਕਰ ਰਹੇ ਆ ਜਿੰਨੀ ਚੰਗੀ ਤਰ੍ਹਾਂ ਕਰਨਾ ਚਾਹੀਦਾ ਹੁਣ ਰਾਹੁਲ ਗਾਂਧੀ ਆਪਣੇ ਆਪ ਨੂੰ ਪ੍ਰਧਾਨਤਾ ਮੰਨਦੇ ਨਹੀਂ ਉਹ ਕਹਿੰਦੇ ਮੈਂ ਤਾਂ ਪ੍ਰਧਾਨ ਨਹੀਂ ਪਾਰਟੀ ਦਾ ਫਿਰ ਜਦੋਂ ਰੈਲੀਆਂ ਹੁੰਦੀਆਂ ਨੇ ਬਿਹਾਰ ਚ ਉਹ ਸਿਰਫ ਤਿੰਨ ਰੈਲੀਆਂ ਰਾਹੁਲ ਗਾਂਧੀ ਨੇ ਕੀਤੀਆਂ ਸੋਨੀਆ ਗਾਂਧੀ ਨੇ ਕੋਈ ਰੈਲੀ ਨਹੀਂ ਕੀਤੀ ਉੱਥੇ ਜਾ ਕੇ ਪ੍ਰਿੰਕਾ ਗਾਂਧੀ ਨੇ ਕੋਈ ਰੈਲੀ ਨਹੀਂ ਕੀਤੀ ਸੋ ਗਾਂਧੀ ਪਰਿਵਾਰ ਚੋਂ ਇਕੱਲਾ ਰਾਹੁਲ ਗਾਂਧੀ ਅੱਗੇ ਕਰਤਾ ਉਹ ਇਸ ਵਕਤ ਰਿਜ਼ਲਟ ਨਹੀਂ ਦੇ ਰਿਹਾ ਜੀ ਹਾਂਜੀ ਰਿਜ਼ਲਟ ਨਹੀਂ ਦੇ ਰਿਹਾ ਦੇਖੋ ਵਕਤ ਹੁੰਦਾ ਹਜੇ ਉਹ 52 53 51 52 53 ਸਾਲ ਦਾ ਹੈ ਮੈਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਦਾ ਵਕਤ 65 60 ਤੇ ਜਾ ਕੇ ਆਊਗਾ ਉਦੋਂ ਤੱਕ ਰਾਹੁਲ ਗਾਂਧੀ ਨੂੰ ਸਿਆਸੀ ਤੌਰ ਤੇ ਪਰਿਪੱਕਤਾ ਆਊਗੀ ਉਹਦੇ ਚ ਮੈਚਿਓਰਿਟੀ ਆਊਗੀ ਸਿਆਸੀ ਤੌਰ ਤੇ ਜੀ ਨਰਿੰਦਰ ਮੋਦੀ ਦੇਖੋ ਲਗਭਗ 65 ਦੇ ਲਾਗੇ ਹੋਗੇ ਹਾਂਜੀ ਬਿਲਕੁਲ ਤਿੰਨ ਵਾਰ ਗੁਜਰਾਤ ਦੇ ਮੁੱਖ ਮੰਤਰੀ ਰਹੇ ਆ ਉਮਰ ਸਿਆਣੀ ਹੋਗੀ ਸੋ ਰਾਹੁਲ ਗਾਂਧੀ ਨੂੰ ਹਜੇ ਮੈਨੂੰ ਲੱਗਦਾ ਵਕਤ ਲੱਗੂਗਾ ਪਰ ਭਾਜਪਾ ਦੇ ਰਾਹੁਲ ਗਾਂਧੀ ਨੂੰ ਮੈਂ ਇਸ ਕਰਕੇ ਸਿੱਧਾ ਦੋਸ਼ੀ ਵੀ ਨਹੀਂ ਠਹਿਰਾਉਂਦਾ ਕਿਉਂਕਿ ਰਾਹੁਲ ਗਾਂਧੀ ਨੇ ਤਾਂ ਪਹਿਲਾਂ ਕਹਤਾ ਸੀ ਵੀ ਆਪਣਾ ਪ੍ਰਧਾਨ ਚੁਣ ਲਓ ਉਦੋਂ ਜਿੰਨੇ ਕਾਂਗਰਸੀ ਨੇ ਹੁਣ ਹੁਣ ਜਿਹੜੇ ਕਈ ਕਾਂਗਰਸੀ ਵੀ ਉਂਗਲਾਂ ਚੱਕ ਰਹੇ ਨੇ ਗਾਂਧੀ ਪਰਿਵਾਰ ਵੱਲ ਵੀ ਗਾਂਧੀ ਪਰਿਵਾਰ ਦਾ ਉਹ ਕ੍ਰਿਸ਼ਮਾਨੀ ਰਿਹਾ ਓਡੀ ਮਿਹਨਤ ਨਹੀਂ ਕਰ ਰੇ ਦਬੇ ਸੁਰਚ ਖੁੱਲ ਕੇ ਨਹੀਂ ਕਰੇ ਜੀ ਅੰਦਰੋਂ ਅੰਦਰ ਹੀ ਕਹਿ ਰਹੇ ਨੇ ਲੁਕਮੋ ਲੁਕਵੀ ਹੁਣ ਰਾਹੁਲ ਗਾਂਧੀ ਨੇ ਤਾਂ ਕਿਹਾ ਤਾਂ ਸੀ ਆਪਣਾ ਲੀਡਰ ਲੱਭ ਲਓ ਤੁਸੀਂ ਉਦੋਂ ਪੰਜਾਬ ਕੀ ਦੇਸ਼ ਦੇ ਕਾਂਗਰਸੀਆਂ ਨੂੰ ਲੀ ਕੋਈ ਇਹਨਾਂ ਨੂੰ ਇਹੋ ਜਿਹਾ ਬੰਦਾ ਹੀ ਨਹੀਂ ਲੱਭਿਆ ਜਿਹਨੂੰ ਇਹ ਪ੍ਰਧਾਨ ਮੰਨ ਕੇ ਉਹਦੇ ਨਾਲ ਕੰਮ ਕਰ ਲੈ। ਫਿਰ ਸੋਨੀਆ ਗਾਂਧੀ ਨੂੰ ਕਾਰਜਕਾਰੀ ਪ੍ਰਧਾਨ ਇਹਨਾਂ ਨੂੰ ਬਣਾਉਣਾ ਪਿਆ ਮੰਤੇ ਤਰਲੇ ਕਰਕੇ। ਉਹ ਵੀ ਨਹੀਂ ਸੀ ਮੰਨਦੀ ਬੀਬੀ ਸੋਨੀਆ ਗਾਂਧੀ ਵੀ ਮੈਂ ਪ੍ਰਧਾਨ ਬਣਨਾ ਹੈ। ਜੀ। ਫਿਰ ਇਹਨਾਂ ਨੇ ਉਹਨਾਂ ਨੂੰ ਐਕਟਿੰਗ ਪ੍ਰਧਾਨ ਬਣਾਇਆ। ਹੁਣ ਅਸਲ 'ਚ ਕੀ ਹੈ? ਕਾਂਗਰਸ 'ਚ ਕੋਈ ਵੱਡਾ ਲੀਡਰ ਜਿਹਾ ਨਹੀਂ ਦਿਖਦਾ ਜਿਹੜਾ ਬਿਲਕੁਲ ਜਿਵੇਂ ਨਰਿੰਦਰ ਮੋਦੀ ਨੇ ਜਾਂ ਜੇਪੀ ਨੱਡਾ ਨੇ ਭਾਜਪਾ ਜਾਂ ਜਿਵੇਂ ਲਾਲੂ ਪ੍ਰਸਾਦ ਯਾਦਵ ਦਾ ਮੁੰਡਾ ਤੇਜਸਵੀ ਪ੍ਰਸਾਦ ਯਾਦਵ ਜਿਵੇਂ ਉਹ ਹੈ। ਅੱਗੇ ਹੋਗੇ ਹਰ ਮਸਲੇ ਤੇ ਗੱਲ ਕਰਤਾ ਸੋ ਕਾਂਗਰਸ ਚ ਲੀਡਰਸ਼ਿਪ ਕ੍ਰਾਈਸਿਸ ਤਾਂ ਮੈਨੂੰ ਵੀ ਦਿਖਦਾ ਗਗਨ ਕਾਂਗਰਸ ਚ ਲੀਡਰਸ਼ਿਪ ਕ੍ਰਾਈਸਿਸ ਹੈ ਹੁਣ ਮਨਮੋਨ ਸਿੰਘ ਉਹਨਾਂ ਦੀ ਉਮਰ ਸਿਆਣੀ ਹੋ ਗਈ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਕਾਂਗਰਸ ਦੇ ਦਿਨ ਚੰਗੇ ਨਹੀਂ ਹੈ ਔਰ ਹਾਈ ਕਮਾਂਡ ਦੁਚਿੱਤੀ ਚ ਹੈ ਫੈਸਲਾ ਨਹੀਂ ਲੈ ਪਾਰੀ ਅ ਸਿੱਧੂ ਬਾਰੇ ਵੀ ਹਜੇ ਤੱਕ ਫੈਸਲਾ ਕਰ ਸਕੇ ਜੇ ਫੈਸਲੇ ਕੀਤੇ ਵੀ ਨੇ ਉਹਨਾਂ ਨੂੰ ਅਮਲ ਚ ਨਹੀਂ ਲਿਆ ਸਕੇ ਜੀ ਸੋ ਜਦ ਤੱਕ ਕਾਂਗਰਸ ਦੀ ਹਾਈ ਕਮਾਂਡ ਆਪਣਾ ਪੱਕਾ ਪ੍ਰਧਾਨ ਨਹੀਂ ਕੋਈ ਲੱਭ ਲੈਂਦੀ ਦੇਖੋ ਪੱਕਾ ਪ੍ਰਧਾਨ ਚਾਹੀਦਾ ਹੈ ਹੈ ਜੀ ਮੱਕਾ ਪ੍ਰਧਾਨੀ ਜਦ ਤੱਕ ਕਾਂਗਰਸ ਕੋਈ ਲਬ ਲੈ ਨਹੀਂ ਜਿਹੜਾ ਠੋਸ ਡਿਸੀਜਨ ਕਰੇ ਤੇ ਸਾਰਿਆਂ ਨੂੰ ਉਹਦਾ ਡਿਸੀਜਨ ਮੰਨਣਾ ਪਵੇ ਤਦ ਤੱਕ ਕਾਂਗਰਸ ਦਾ ਹਾਲ ਇਹੀ ਰਹਿਣਾ ਹੈ ਹਾਂਜੀ ਜੀ ਸੋ ਇਸ ਕਰਕੇ ਕਾਂਗਰਸ ਹੁਣ ਮੈਂ ਤਾਂ ਇਹ ਕਹੂੰਗਾ ਦੇਸ਼ ਨੂੰ ਆਜ਼ਾਦ ਕਰਾਉਣ ਵਾਲੀ ਪਾਰਟੀ ਹੁਣ ਰੱਬ ਸਹਾਰੇ ਚੱਲ ਰਹੀ ਹੈ ਪੰਜਾਬ ਚ ਕਾਂਗਰਸ ਨੂੰ ਤਾਂ ਮਜ਼ਬੂਤ ਦੇਖਦੀ ਹੈ ਕਿਉਂਕਿ ਪੰਜਾਬ ਚ ਮੁੱਖ ਮੁਕਾਬਲਾ ਅਕਾਲੀ ਕਾਂਗਰਸ ਦਾ ਰਿਹਾ ਹੈ ਬੀਜੇਪੀ ਪੰਜਾਬ ਚ ਉੱਠ ਨਹੀਂ ਸਕੀ ਜੀ ਬੀਜੇਪੀ ਜ਼ਿਆਦਾ ਉੱਠ ਨਹੀਂ ਸਕੀ ਪਰ ਹੁਣ ਬੀਜੇਪੀ ਨੂੰ ਇਹ ਲੱਗਦਾ ਵੀ ਜੇ ਅਸੀਂ ਕਿਸਾਨਾਂ ਦੇ ਹੱਕ 'ਚ ਫੈਸਲਾ ਕਰ ਦਿੰਨੇ ਆ ਕੇਂਦਰੀ ਕਾਨੂੰਨਾਂ ਤੇ ਕਿਸਾਨ ਸਾਡੇ ਨਾਲ ਆ ਜਾਂਦੇ ਨੇ ਫਿਰ ਭਾਜਪਾ ਨੂੰ ਲੱਗਦਾ ਕਿ ਅਸੀਂ 117 ਸੀਟਾਂ ਤੇ ਲੜਾਂਗੇ ਜੀ ਔਰ ਅਕਾਲੀ ਦਲ ਜਿੰਨੀਦਰ ਭਾਜਪਾ ਨਾਲ ਰਿਹਾ ਉਹਨਿੰਦਰ ਅਕਾਲੀ ਦਲ ਨੇ ਜ਼ਿਆਦਾ ਫਾਇਦਾ ਲਿਆ ਭਾਜਪਾ ਨੂੰ ਘੱਟ ਫਾਇਦਾ ਮਿਲਿਆ ਜੀ ਜੋ ਮੈਨੂੰ ਲੱਗਦਾ ਹੈ ਪਰ ਹੁਣ ਭਾਜਪਾ ਦੇ ਸਿਰਫ ਸੀਟਾਂ ਦੋ ਨੇ ਸੋ ਇਸ ਕਰਕੇ ਰਾਹ ਭਾਜਪਾ ਲਈ ਵੀ ਆਸਾਨੀ ਲੱਗਣ ਪੰਜਾਬ 'ਚ ਜੀ ਦਿਲੱਬ ਸਭ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਹੁਣਾਂ ਦੀ ਗੱਲ ਹੋ ਰਹੀ ਹੈ ਜਿਵੇਂ ਹੁਣ ਫੇਰ ਬਦਲ ਦੇ ਉੱਤੇ ਰੋਕ ਲਾਈ ਗਈ ਹੈ ਨਵਜੋਤ ਸਿੰਘ ਸਿੱਧੂ ਦੇ ਹੋਰ ਪਾਰਟੀਆਂ ਦੇ ਵਿੱਚ ਜਾਣ ਦੀਆਂ ਚਰਚਾਵਾਂ ਫੇਰ ਤੇਜ਼ ਨੇ ਨਹੀਂ ਦੇਖੋ ਇਹ ਦੇਖੋ ਨਵਜੋਤ ਸਿੰਘ ਸਿੱਧੂ ਕਿਸੇ ਪਾਰਟੀ 'ਚ ਨਹੀਂ ਜਾਂਦਾ ਪਹਿਲਾਂ ਤਾਂ ਮੈਨੂੰ ਇਹ ਗੱਲ ਦਾ ਪੂਰਾ ਭਰੋਸਾ ਹੈ ਕਿਉਂ ਕਿਉਂਕਿ ਨਵਜੋਤ ਸਿੰਘ ਸਿੱਧੂ ਸਿਰਫ ਇੰਤਜ਼ਾਰ ਕਰ ਰਿਹਾ ਹੈ ਸਹੀ ਵਕਤ ਦਾ ਨਵਜੋਤ ਸਿੰਘ ਸਿੱਧੂ ਅਜਿਹਾ ਉਮੀਦਵਾਰ ਲੋਕਾਂ ਦੀ ਨਜ਼ਰ 'ਚ ਬਣ ਚੁੱਕਿਆ ਹੈ ਜਿਸ ਦੇ ਉੱਤੇ ਲੋਕ ਉਹਦੀ ਇਮਾਨਦਾਰੀ ਕਰਕੇ ਭਰੋਸਾ ਕਰਦੇ ਜੀ ਕਈ ਵਾਰੀ ਕਈ ਆਪਣੇ ਦਰਸ਼ਕ ਵੀ ਕਮੈਂਟ ਕਰਦੇ ਨੇ ਕਿ ਡੱਲਾ ਜੀ ਸਿੱਧੂ ਦਾ ਜ਼ਿਕਰ ਬਹੁਤ ਕਰਦੇ ਆ ਸੋ ਮੈਂ ਦਰਸ਼ਕਾਂ ਨੂੰ ਸਵਾਲ ਪਉਣਾ ਤੁਸੀਂ ਦੱਸੋ ਮੈਂ ਪੰਜਾਬ 'ਚ ਕਿਹੜੇ ਲੀਡਰ ਦਾ ਜ਼ਿਕਰ ਜ਼ਿਆਦਾ ਕਰਾਂ ਸਿੱਧੂ ਤੋਂ ਇਲਾਵਾ ਜਿਹੜੇ ਲੀਡਰ ਦਾ ਜ਼ਿਕਰ ਜ਼ਿਆਦਾ ਕਰਾਂ ਮੈਂ ਤਾਂ ਖੈਰੇ ਦਾ ਵੀ ਬੜਾ ਜ਼ਿਕਰ ਕਰਦਾ ਰਿਹਾ ਕਈ ਸਾਲ ਆ ਬੈਂਸਾ ਦਾ ਵੀ ਬੜਾ ਜ਼ਿਕਰ ਕਰਦਾ ਰਿਹਾ ਕਈ ਸਾਲ ਪੀਡੀਏ ਦਾ ਵੀ ਬੜਾ ਜ਼ਿਕਰ ਕਰਦਾ ਰਿਹਾ ਕਈ ਸਾਲ ਤੇ ਪੰਜਾਬ ਦੇ ਲੋਕਾਂ ਨੇ ਵੋਟਾਂ ਵੀ ਪੀਡੀਏ ਨੂੰ ਬਹੁਤ ਪਾਈਆਂ ਬਿਲਕੁਲ ਆਮ ਆਦਮੀ ਪਾਰਟੀ ਦਾ ਵੀ ਬੜਾ ਜ਼ਿਕਰ ਕਰਦਾ ਰਿਹਾ ਕੇਜਰੀਵਾਲ ਦੀ ਮਾਗੀਰੀ ਰੈਲੀ ਤੋਂ ਪਹਿਲਾਂ ਵੀ ਇੱਕ ਸਾਲ ਪਹਿਲਾਂ ਬੜਾ ਜ਼ਿਕਰ ਕਰਦਾ ਰਹਿਆ ਵੀ ਬੜੀਆਂ ਆਸਾਂ ਨੇ ਕੇਂਦਰੀ ਹਾਲ ਤੋਂ ਪੰਜਾਬ ਨੂੰ ਜੀ ਸੋ ਹੁਣ ਕਈ ਮੇਰੇ ਭਰਾ ਕਮੈਂਟ ਵੀ ਲੈ ਦਿੰਦੇ ਨੇ ਕਿ ਤੁਸੀਂ ਆਪ ਬਾਰੇ ਬਹੁਤ ਤਿੱਖਾ ਬੋਲਦੇ ਹੋ ਹੁਣ ਆਪ ਵਾਲੇ ਪੋਸਟਰ ਲਾਈ ਜਾਂਦੇ ਕੰਧਾਂ ਤੇ ਜਿਵੇਂ ਪਿਛਲੀ ਵਾਰੀ ਇੱਕ ਲੀਡਰ ਦੇ ਪੋਸਟਰ ਲਾਏ ਸੀ ਇਹਨਾਂ ਨੇ ਐਤ ਕਿ ਕੰਧਾਂ ਤੇ ਫਿਰ ਪੋਸਟਰ ਲਾਈ ਜਾਂਦੇ ਆ ਵੀ ਕੈਪਟਨ ਮਰਿੰਦਰ ਸਿੰਘ ਯਕੀਨੀ ਬਣਾਵੇ ਐਮ ਐਸ ਪੀ ਦੇਣਾ ਸਾਰੀਆਂ ਫਸਲਾਂ ਦਾ ਐਮ ਐਸ ਪੀ ਕੇਂਦਰ ਦੀ ਸਰਕਾਰ ਦੇ ਰਹੀ ਹੈ ਸਵਾਲ ਕਰਨ ਵਾਲੇ ਨੂੰ ਵੀ ਮੈਂ ਦੱਸ ਦਿੰਨਾ ਐਮਐਸਪੀ ਕੇਂਦਰ ਦੀ ਸਰਕਾਰ ਦੇ ਰਹੀ ਐ ਪੰਜਾਬ ਹਜੇ ਐਡੇ ਜੋਗਾ ਨਹੀਂ ਹੋਇਆ ਨਾਲੇ ਦਿੱਲੀ ਛੋਟੀ ਜੀ ਸੂਬੇ ਐ ਜੀ ਸੋ ਬਾਰ-ਬਾਰ ਫਿਰ ਗੱਲ ਫਿਰ ਆਪ ਦੀ ਆ ਜਾਂਦੀ ਐ ਸੋ ਮੇਰੇ ਕਹਿਣ ਦਾ ਮਤਲਬ ਐ ਦਿੱਲੀ ਦਾ ਮਾਡਲ ਪੰਜਾਬ 'ਚ ਸਾਨੂੰ ਲੋੜ ਨਹੀਂ ਐ ਅਸੀਂ ਪੰਜਾਬ 'ਚ ਆਪਣੇ ਆਪ 'ਚ ਵੱਡਾ ਮਾਡਲ ਆ ਆ ਕਈ ਲੀਡਰ ਆਪ ਵਾਲੇ ਕਹੀ ਜਾਂਦੇ ਵੀ ਦਿੱਲੀ ਮਾਡਲ ਪੰਜਾਬ 'ਚ ਲਾਗੂ ਕਰੇ ਪਹਿਲਾਂ ਦਿੱਲੀ ਦੇ ਮਾਡਲ ਨੂੰ ਵਧੀਆ ਬਣਾ ਲਓ ਉੱਥੇ ਕਰੋਨੇ ਨੂੰ ਕੰਟਰੋਲ ਕਰ ਲਓ ਸਿੱਖਿਆ ਸਿਹਤ ਅਨਾਜ ਵੰਡ ਯਾ ਬਿਜਲੀ ਸਸਤੀ ਇਹ ਕੁਝ ਇਸ਼ੂ ਹੈਗੇ ਨੇ ਜਿਦੇ ਤੇ ਚੰਗਾ ਕੰਮ ਕੀਤਾ ਲੇਕਿਨ ਪੰਜਾਬ ਦੀ ਭੂਗੋਲਿਕ ਸਥਿਤੀ ਵੱਖਰੀ ਆ ਪੰਜਾਬ ਦੇ ਮੁੱਦੇ ਬੜੇ ਵੱਖਰੇ ਨੇ ਯਾ ਤਾਂ ਦਿੱਲੀ ਮਾਡਲ ਿਆਉਣ ਵਾਲੇ ਅਰਵਿੰਦ ਕੇਜਰੀਵਾਲ ਤੋਂ ਬਿਆਨ ਦਿਵਾਓ ਵੀ ਸਤਲੁਜ ਯਮੁਨਾ ਲਿੰਕ ਨਹਿਰ ਦਾ ਪਾਣੀ ਪੰਜਾਬ ਦਾ ਨਹੀਂ ਜਾਣਾ ਚਾਹੀਦਾ ਬਾਹਰ ਕੇਜਰੀਵਾਲ ਤੋਂ ਬਿਆਨ ਦਿਵਾਓ ਕਿ ਸਤਲੁਜ ਯਮੁਨਾ ਲਿੰਕ ਨਹਿਰ ਦਾ ਪਾਣੀ ਸਤਲੁਜ ਯਮੁਨਾ ਲਿੰਕ ਨਹਿਰ ਨਹੀਂ ਬਣਨੀ ਚਾਹੀਦੀ ਕੇਜਰੀਵਾਲ ਤੋਂ ਬਿਆਨ ਦਿਵਾ ਦਿਓ ਫਿਰ ਮੈਂ ਮੰਨ ਲੂਗਾ ਵੀ ਉਹਨੇ ਪੰਜਾਬ ਦੇ ਹੱਕ 'ਚ ਬਿਆਨ ਦਿੱਤਾ ਜੀ ਸੋ ਪੰਜਾਬ ਦੇ ਮੁੱਦੇ ਹੋਰ ਨੇ ਸਾਡੇ ਨਸ਼ਾ ਕਿੱਡਾ ਵੱਡਾ ਮੁੱਦਾ ਹੈ ਤੁਸੀਂ ਮਾਫੀ ਮੰਗੇ ਸੋਈ ਸੋਈ ਇਸ ਕਰਕੇ ਮੈਂ ਤੁਸੀਂ ਵੀ ਮੈਨੂੰ ਸੁਝਾ ਦਿਆ ਕਰੋ ਵੀ ਕਿਹੜੇ ਲੀਡਰ ਦੀ ਜ਼ਿਆਦਾ ਗੱਲ ਕਰੀਏ ਜਿਹਦੇ ਚ ਸਾਨੂੰ ਦਿਖਦਾ ਵੀ ਅਤ ਦੀ ਇਮਾਨਦਾਰੀ ਵੀ ਹੈ ਉਹਨੇ ਹਮੇਸ਼ਾ ਸਟੈਂਡ ਲਿਆ ਪੰਜਾਬ ਦੇ ਮੁੱਦਿਆਂ ਤੇ ਜਿਨੇ ਜਿਨੇ ਵੀ ਇਹ ਕੰਮ ਕੀਤਾ ਅਸੀਂ ਹਮੇਸ਼ਾ ਉਹਨਾਂ ਦਾ ਜ਼ਿਕਰ ਕੀਤਾ ਮੈਂ ਪੱਖਪਾਤ ਨਹੀਂ ਕਰਦਾ ਹੁਣ ਗੱਲ ਸਿੱਧੂ ਤੋਂ ਸ਼ੁਰੂ ਹੋਈ ਸੀ ਸਿੱਧੂ ਨੂੰ ਕਾਂਗਰਸ ਆਮ ਨਹੀਂ ਸਕੀਆ ਹੁਣ ਵੀ ਪਹਿਲਾਂ ਹਰੀਸ਼ ਧਾਵਤ ਉਹ ਨਹੀਂ ਆਏ ਸੀ ਤੇ ਲੱਗਦਾ ਸੀ ਕਿ ਸਿੱਧੂ ਦਾ ਕੋਈ ਨਾ ਕੋਈ ਅੰਡਰਸਟੈਂਡਿੰਗ ਬਣੀ ਹੈ ਕਾਂਗਰਸ ਦੀ ਹਾਈ ਕਮਾਂਡ ਕਿ ਵੀ ਅਸੀਂ ਸਿੱਧੂ ਨੂੰ ਅੱਗੇ ਲੈ ਕੇ ਆਵਾਂਗੇ ਜੀ বিহার ਚ ਹਾਰਨ ਤੋਂ ਬਾਅਦ ਫਿਰ ਚੁੱਪ ਹੋ ਗਏ ਕਾਂਗਰਸ ਵਾਲੇ ਸੋ ਜਿੰਨਾ ਕਾਂਗਰਸ ਡਿਲੇ ਕਰੇਗੀ ਫੈਸਲੇ ਲੈਣ ਚ ਦੇਰੀ ਕਰੇਗੀ ਫੈਸਲੇ ਲੈਣ ਚ ਹੈ ਨੀ ਜੀ ਉਹਨਾਂ ਹੀ ਕਾਂਗਰਸ ਦਾ ਨੁਕਸਾਨ ਹੁੰਦਾ ਚੱਲਿਆ ਜਾਣਾ ਹੈ ਬਿਲਕੁਲ ਔਰ ਨਵਜੋਤ ਸਿੰਘ ਸਿੱਧੂ ਦਾ ਨੁਕਸਾਨ ਇਸ ਲਈ ਨਹੀਂ ਹੁੰਦਾ ਕਿਉਂਕਿ ਨਵਜੋਤ ਸਿੰਘ ਸਿੱਧੂ ਮੁੱਦਿਆਂ ਤੇ ਖੜਾ ਹੈ ਦੇਖੋ ਗੱਲ ਖੱਬੀਆਂ ਪਾਰਟੀਆਂ ਦੀ ਵੀ ਪੰਜਾਬ ਚ ਤੋਰੀ ਹੈ ਗੱਜ ਜੀ ਕਿ ਜਿਵੇਂ ਦੇਖੋ ਬਿਹਾਰ ਚ 19 ਸੀਟਾਂ ਜਿੱਤ ਗਈ ਖੱਬੀਆਂ ਤਰ੍ਹਾਂ 19 ਸੀਟਾਂ ਜਿੱਤੀਆਂ ਖੱਬੀਆਂ ਤਰ੍ਹਾਂ 30 ਸੀਟਾਂ ਮੇਰੇ ਖਿਆਲ ਲੜੀਆਂ ਉਹਨਾਂ ਨੇ 30 31 ਜੀ ਪੰਜਾਬ ਚ ਵੀ ਖੱਬੀਆਂ ਧਰਾਂ ਪਹਿਲਾਂ ਕਾਂਗਰਸ ਨਾਲ ਸਮਝੌਤਾ ਕਰਦੀ ਰਹੀ ਨੇ 2002 ਚ ਇੱਕ ਸੀਟ ਜਿੱਤੀ ਸੀ ਖੱਬੀਆਂ ਧਰਾਂ ਨੇ ਜੀ ਪਰ ਹੁਣ ਪੰਜਾਬ ਚ ਜਿਹੜੀਆਂ ਖੱਬੀਆਂ ਧਰਾਂ ਨੇ ਉਹਨਾਂ ਦਾ ਵੀ ਕੋਈ ਸਮਿਕਰਣ ਬਣ ਸਕਦਾ ਹੈ ਖੱਬੀਆਂ ਧਰਾਂ ਹੋ ਜਾਣ ਬਸਪਾ ਹੋ ਜੇ ਲੋਕ ਇਨਸਾਫ ਪਾਰਟੀ ਹੋ ਜੇ ਸੁਖਪਾਲ ਖੈਰਾ ਹੋ ਜੇ ਨਵਜੋਤ ਸਿੰਘ ਸਿੱਧੂ ਹੋ ਜਾਣ ਅਗਰ ਇਹ ਵੀ ਇਕੱਠੇ ਹੋ ਜਾਣ ਜੀ ਤੇ ਪੰਜਾਬ ਚ ਵੀ ਕੋਈ ਖੱਬੀਆਂ ਧਰਾਂ ਦੀ ਇੱਕ ਨਵੀਂ ਲਹਿਰ ਉਸਾਰੀ ਜਾ ਸਕਦੀ ਹੈ ਆਮ ਆਦਮੀ ਪਾਰਟੀ ਦਾ ਮੈਨੂੰ ਲੱਗਦਾ ਨਹੀਂ ਕਿ ਬਸਪਾ ਔਰ ਇਹਨਾਂ ਸਾਰਿਆਂ ਨਾਲ ਇਹਨਾਂ ਦਾ ਸਮਝੌਤਾ ਹੋਊਗਾ ਉੰਜ ਬਸਪਾ ਦੇ ਨਾਲ ਅਕਾਲੀ ਦਲ ਵੀ ਕੋਸ਼ਿਸ਼ ਕਰ ਰਿਹਾ ਕਿ ਸਮਝੌਤਾ ਕਰ ਲੀਏ ਦੇਖੋ ਅਗਰ ਅਕਾਲੀ ਦਲ ਵੀ ਬਸਪਾ ਨਾਲ ਸਮਝੌਤਾ ਕਰ ਸਕਦਾ ਹੈ ਦੇਖੋ ਬਸਪਾ ਵੀ ਇੱਕ ਤਾਕਤ ਹੈ ਪੰਜਾਬ 'ਚ ਜੀ ਠੀਕ ਹੈ ਪਿਛਲੇ ਸਮਿਆਂ 'ਚ ਵੋਟ ਪਰਸੈਂਟੇਜ ਘਟ ਗਈ ਪਰ ਬਸਪਾ ਬਹੁਤ ਸੀਟਾਂ ਬਹੁਤ ਫੀਸਰ ਪੰਜਾਬ 'ਚ ਲੈਂਦੀ ਰਹੀ ਹੈ ਛੇ ਛੇ 7-7% ਵੋਟਾਂ ਬਸਪਾ ਨੂੰ ਮਿਲਦੀਆਂ ਰਹੀਆਂ ਨੇ ਜੀ ਸੋ ਬਸਪਾ ਨੂੰ ਤੁਸੀਂ ਪੰਜਾਬ ਦੀ ਸਿਆਸਤ 'ਚੋਂ ਆਖੋ ਪਰੋਖੇ ਨਹੀਂ ਕਰ ਸਕਦੇ ਗਗਨ ਜੀ ਅਗਰ ਅਕਾਲੀ ਦਲ ਨਾਲ ਵੀ ਬਸਪਾ ਦਾ ਸਮਝੌਤਾ ਹੋ ਗਿਆ ਤੇ ਅਕਾਲੀ ਦਲ ਉਹਨਾਂ ਹੀ ਤਕੜਾ ਹੋ ਜਾਣਾ ਜਿੰਨੀ ਕਿ ਬੀਜੇਪੀ ਸੀ ਬੀਜੇਪੀ ਅਕਾਲੀ ਗਠਬੰਧਨ ਸੀ ਉਹਨਾਂ ਹੀ ਅਕਾਲੀ ਬਸਪਾ ਗਠ ਜੋੜ ਤਕੜਾ ਹੋ ਸਕਦਾ ਜੀ ਸੋ ਬਸਪਾ ਨੂੰ ਪੰਜਾਬ ਦੀ ਸਿਆਸਤ ਵਿੱਚ ਵੱਖ ਕਰਕੇ ਨਹੀਂ ਦੇਖਣਾ ਚਾਹੀਦਾ ਸੋ ਇਸ ਕਰਕੇ ਇਹਦੇ ਤੇ ਆਪਾਂ ਗੱਲ ਕਰਾਂਗੇ ਕਿ ਪੰਜਾਬ ਦੇ ਭਵਿੱਖ ਦੇ ਸਿਆਸੀ ਗਠ ਜੋੜ ਕਿਸ ਰੂਪ ਵਿੱਚ ਸਾਨੂੰ ਨਜ਼ਰ ਆਉਂਦੇ ਜੀ ਬਿਲਕੁਲ ਤੇ ਇਸ ਦੇ ਨਾਲ ਇਹ ਡੱਲਰ ਜੀ ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਕੈਪਟਨ ਸਰਕਾਰ ਦੇ ਉੱਤੇ ਕਈ ਤਰ੍ਹਾਂ ਦੇ આરોਪ ਨੇ ਜਿਹੜੇ ਲਾਏ ਜਾ ਰਹੇ ਨੇ ਕਿ ਝੋਨੇ ਦੀ ਖਰੀਦ ਨੂੰ ਲੈ ਕੇ ਕੈਪਟਨ ਸਰਕਾਰ ਸੰਜੀਦਾ ਨਹੀਂ ਹੈ ਤੁਸੀਂ ਕਿਸ ਤਰ੍ਹਾਂ ਵੇਖ ਰਹੇ ਸਿਰੋਕ ਨੂੰ ਦੇਖੋ ਮੈਂ ਮੂਲ ਰੂਪ ਚ ਇਹ ਕਹੂੰਗਾ ਕਿ ਸਿਆਸਤ ਨਹੀਂ ਹੋਣੀ ਚਾਹੀਦੀ ਪਹਿਲਾਂ ਤਾਂ ਸਾਡੇ ਲਈ ਇਹ ਬੜੀ ਇੱਕ ਨੁਕਸਾਨ ਵਾਲੀ ਗੱਲ ਹੈ ਜਿਹੜੇ ਕੇਂਦਰ ਦੇ ਕਾਨੂੰਨ ਬਣੇ ਸੀ ਉਸ ਤੋਂ ਬਾਅਦ ਪੰਜਾਬ ਚ ਬਾਹਰੋਂ ਝੋਨਾ ਬਹੁਤ ਆਇਆ ਜੀ ਮੈਂ ਤੁਹਾਨੂੰ ਅੰਕੜੇ ਦੰਨਾ ਮੈਂ ਪਿਛਲੇ ਸਾਲ ਦੀ ਪਹਿਲਾਂ ਗੱਲ ਕਰਦਾ ਪਿਛਲੇ ਸਾਲ 2019 ਤੇ 2020 ਚ 159 ਲੱਖ ਮੀਟ੍ਰਿਕ ਟਨ ਚੋਂ ਨਾ ਆਇਆ ਜੀ ਠੀਕ ਹੈ ਜੀ ਕੁੱਲ ਔਰ 2021 ਚ ਇਸ ਵਾਰ ਸਾਡੇ ਹੁਣ ਤੱਕ ਕਿੰਨਾ ਚੋਂ ਨਾ ਆ ਗਿਆ 208 ਲੱਖ ਮੀਟ੍ਰਿਕ ਟਨ ਜੀ ਮੰਡੀਆਂ ਚ ਸੋ ਗੱਲ ਹੋ ਰਹੀ ਹੈ ਵੀ ਮੰਡੀਆਂ ਬੰਦ ਕਰਤੀਆਂ ਕੈਪਟਨ ਸਰਕਾਰ ਨੇ ਆਪ ਵਾਲੇ ਵੀ ਇਲਜ਼ਾਮ ਲਾ ਰਹੇ ਨੇ ਕਿਸਾਨ ਵੀ ਕਈ ਹਜੇ ਪੂਰੀ ਗੱਲ ਨੂੰ ਸਮਝ ਨਹੀਂ ਰਹੀ ਪਿਛਲੇ ਸਾਲ ਗਗਨ 2019 20 2020 ਚ 169 ਲੱਖ ਮੀਟ੍ਰਿਕ ਟਨ ਝੋਨਾ ਆਇਆ ਸੀ ਜੀ ਐਤ ਕੀ ਆ ਗਿਆ 208 ਲੱਖ ਮੀਟ੍ਰਿਕ ਟਨ 39 ਲੱਖ ਮੀਟ੍ਰਿਕ ਟਨ ਝੋਨਾ ਸਾਡਾ ਵਧ ਗਿਆ ਪੰਜਾਬ ਦੀਆਂ ਮੰਡੀਆਂ ਚ ਜੀ ਇਹ ਸਾਡਾ ਉਤਪਾਦਨ ਨਹੀਂ ਵਧ ਗਿਆ ਜੀ ਪੰਜਾਬ ਚ ਲਗਭਗ 34 ਲੱਖ ਹੈਕਟੇਅਰ ਦੇ ਵਿੱਚ ਝੋਨਾ ਹੁੰਦਾ ਹੈ 34 ਲੱਖ ਏਕੜ ਦੇ ਵਿੱਚ ਕਰੀਬ ਜੀ ਤੇ 650 160 ਲੱਖ ਮੀਟ੍ਰਿਕ ਟਨ ਸਾਡਾ ਉਤਪਾਦਨ ਹੁੰਦਾ 150 ਤੋਂ 160 ਦੇ ਵਿੱਚ ਜੀ ਠੀਕ ਹੈ ਜੀ ਹੁਣ ਸਾਡੇ ਕਿੰਨਾ ਆ ਗਿਆ ਐਤ ਕੀ ਪਿਛਲੀ ਵਾਰੀ 170 ਲੱਖ ਮੀਟ੍ਰਿਕ ਟਨ ਆਇਆ ਸੀ 169 ਐਤ ਕੀ ਕੁੱਲ ਆ ਗਿਆ 208 ਲੱਖ ਮੀਟ੍ਰਿਕ ਟਨ ਇਹਦਾ ਮਤਲਬ ਹੈ ਕਿ ਜੇ ਅਸੀਂ ਇਹ ਮੰਨ ਲਈਏ ਕਿ ਪੰਜਾਬ ਦੇ ਝੋਨੇ ਦਾ ਉਤਪਾਦਨ 160 ਜਾਂ 170 ਹੈ ਤਾਂ ਵੀ ਸਾਡੇ 30 ਤੋਂ 38 ਲੱਖ ਮੀਟ੍ਰਿਕ ਟਨ ਝੋਨਾ ਜ਼ਿਆਦਾ ਆ ਗਿਆ ਉਹ ਕਿੱਥੋਂ ਆਇਆ ਉਹ ਬਾਹਰੋਂ ਆਇਆ ਜੀ ਮੈਨੂੰ ਲੱਗਦਾ ਉਹ ਬਾਹਰੋਂ ਆਇਆ ਪੰਜਾਬ 'ਚ ਤਾਂ ਉਤਪਾਦਨ ਬੰਪਰ ਹੋਇਆ ਨਹੀਂ ਜੀ ਹੁਣ ਹੁਣ ਕੱਲ ਤੱਕ 16 ਨਵੰਬਰ ਤੱਕ ਗਗਨ 207 ਲੱਖ ਮੀਟ्रिक टन ਝੋਨਾ ਪੰਜਾਬ 'ਚ ਖਰੀਦਿਆ ਜਾ ਚੁੱਕਿਆ ਹੈ ਕੱਲ ਤੱਕ 16 ਨਵੰਬਰ ਤੱਕ ਕੱਲੀਆਂ ਪਰਸੋ ਤੱਕ 16 ਨਵੰਬਰ ਤੱਕ 207 ਲੱਖ ਮੀਟ्रिक टन ਝੋਨਾ ਖਰੀਦਿਆ ਜਾ ਚੁੱਕਿਆ ਹੈ ਔਰ ਪਿਛਲੇ ਸਾਲ ਕਿੰਨਾ ਖਰੀਦਿਆ ਗਿਆ ਸੀ 170 ਲੱਖ 169 ਲੱਖ ਜੀ ਸੋ ਪਿਛਲੇ ਸਾਲ ਨਾਲੋਂ ਅੱਜ ਦੇ ਦਿਨ ਪਿਛਲੇ ਸਾਲ ਨਾਲੋਂ ਅੱਜ ਦੇ ਦਿਨ ਹੀ 38 39 ਲੱਖ ਮੀਟ्रिक टन ਝੋਨਾ ਘੱਟ ਖਰੀਦਿਆ ਗਿਆ ਸੀ ਪਿਛਲੇ ਸਾਲ ਇਸ ਵਾਰ ਹੁਣ ਜੇ ਮੰਡੀਆਂ ਵੀ ਬੰਦ ਕੀਤੀਆਂ ਨੇ ਜੀ ਕਈ ਮੰਡੀਆਂ ਬੰਦ ਕੀਤੀਆਂ ਪੰਜਾਬ ਦੀਆਂ 38 ਲੱਖ ਝੋਨਾ ਵੱਧ ਖਰੀਦਿਆ ਔਰ ਕਿਉਂਕਿ ਕੇਂਦਰ ਤੋਂ ਲਿਮਟ ਆਉਂਦੀ ਹੈ ਇੱਕ ਕੈਸ਼ ਕ੍ਰੈਡਿਟ ਲਿਮਟ ਉਹੀ ਤਾਂ ਸਾਰੀ ਪੰਜਾਬ ਦੇ ਕਿਸਾਨਾਂ ਦੀ ਇਹੀ ਤਾਂ ਅਸਲ ਸਮੱਸਿਆ ਹੈ ਜੀ ਵੀ ਜੇ ਐਮਐਸਪੀ ਬੰਦ ਵੀ ਨਹੀਂ ਹੋਊਗੀ ਮੰਡੀਆਂ ਖੁੱਲੀਆਂ ਰਹਿਣਗੀਆਂ ਪੂਰੇ ਦੇਸ਼ 'ਚ ਤਾਂ ਪੰਜਾਬ 'ਚ ਝੋਨਾ ਇਦਾਂ ਹੀ ਆਉਂਦਾ ਰਹੂਗਾ ਜਿਹੜੀ ਕੈਸ਼ ਕ੍ਰੈਡਿਟ ਲਿਮਿਟ ਪੰਜਾਬ ਲਈ ਬਣੀ ਐ ਬਾਹਰਲੀਆਂ ਮੰਡੀਆਂ ਵਾਲੇ ਪੰਜਾਬ 'ਚ ਝੋਨਾ ਲਿਆ ਕੇ ਆਪਣਾ ਵੇਚ ਜਾਣਗੇ ਉਹ ਇਸ ਵਾਰ ਵੀ ਉਹੀ ਹੋਇਆ ਜੀ ਹੁਣ ਪੰਜਾਬ ਦੇ ਬਹੁਤ ਸਾਰੇ ਕਿਸਾਨਾਂ ਦਾ ਝੋਨਾ ਹਜੇ ਮੰਡੀਆਂ 'ਚ ਪਿਆ ਕਈ ਮੰਡੀਆਂ ਬੰਦ ਹੋ ਗਈਆਂ ਖਰੀਦਦਾਰੀ ਝੋਨੇ ਦੀ ਬੰਦ ਹੋ ਗਈ ਸੋ ਇਸ ਕਰਕੇ ਕੈਪਟਨ ਅਮਰਿੰਦਰ ਨੂੰ ਜ਼ਰੂਰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਜਿਹੜੀਆਂ ਮੰਡੀਆਂ ਬੰਦ ਕੀਤੀਆਂ ਨੇ ਕੋਈ ਨਾ ਕੋਈ ਬੰਦੋਬਸਤ ਕਰਕੇ ਉਹ ਮੰਡੀਆਂ ਖੋਲ੍ਹਣੀਆਂ ਚਾਹੀਦੀਆਂ ਨੇ ਜਿਹੜਾ ਝੋਨਾ ਪੰਜਾਬ ਜੀ ਸੋ ਇਹ ਪੰਜਾਬ ਦੇ ਖਾਸ ਖਾਸ ਮਸਲੇ ਸੀ ਜਿਨ੍ਹਾਂ ਦੇ ਉੱਤੇ ਚਰਚਾ ਕਰਨੀ ਸੀ ਫਿਰ ਪ੍ਰੋਗਰਾਮ ਦੇ ਵਿੱਚ ਨਵੇਂ ਮਸਲੇ ਲੈ ਕੇ ਹਾਜ਼ਰ ਹੋਵਾਂਗੇ ਡਲਾ ਸਾਹਿਬ ਦਾ ਤਕਲੀ ਤੁਹਾਡਾ ਬਹੁਤ ਧੰਨਵਾਦ ਫਿਰ ਮੋਟੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਵਾਂਗੇ